ਜੀ 19 ਤਰੀਕ ਨੂੰ 19 ਸਪਟੰਬਰ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਰਾਤ ਨੂੰ 11:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ 19 ਤਰੀਕ ਨੂੰ ਕਿ ਇੱਕ ਲੇਡੀ ਨੇ ਫਾਹ ਲੈ ਲਿਆ ਉਸਦੇ ਹਸਬੈਂਡ ਦੇ ਬਿਆਨ 'ਤੇ 194 BNS 'ਚ ਕਾਰਵਾਈ ਕੀਤੀ ਸੀਗੀ ਪਰ ਉਸ ਤੋਂ ਬਾਅਦ ਜਿਹੜੀ ਮ੍ਰਿਤਕ ਹੈ ਉਹਦੇ ਭਰਾ ਨੇ ਇੱਕ ਸ਼ੱਕ ਜ਼ਾਹਿਰ ਕੀਤਾ ਕਿ ਉਹਦੀ ਸ਼ਾਇਦ ਉਹਦੇ ਹਸਬੈਂਡ ਨਾਲ ਨਹੀਂ ਬਣਦੀ ਸੀ ਅਤੇ ਇਹ ਹੋ ਸਕਦਾ ਕਿ ਉਹਦੀ ਕੀ ਕਹਿੰਦੇ ਉਹਨੇ ਮਾਰ ਕੇ ਉਹਨੂੰ ਮਾਰ ਦਿੱਤਾ ਹੋਵੇ ਇਸ ਲਈ ਆਪਾਂ ਪੁਲਿਸ ਨੇ ਕਾਰਵਾਈ ਕੀਤੀ ਇਸ 'ਚ ਅਤੇ ਆਪਣੀ ਜਿਹੜੀ ਰਿਪੋਰਟ ਆਈ ਸੀ ਪੋਸਟਮਾਰਟਮ ਦੀ ਉਸ ਤੋਂ ਵੀ ਪੁਲਿਸ ਨੂੰ ਥੋੜ੍ਹਾ ਇਸ 'ਚ ਸ਼ੱਕ ਜਿਹੜਾ ਸੀਗਾ ਉਹ ਸੱਚਾਈ 'ਚ ਨਿਕਲਿਆ ਕਿ ਹਾਂ ਕਿ ਉਸ ਹਸਬੈਂਡ ਨੇ ਆਪਣੀ ਵਾਈਫ ਨੂੰ ਸ਼ਰਾਬ ਦੇ ਨਸ਼ੇ 'ਚ ਆ ਕੇ ਉਹਦਾ ਕਤਲ ਕਰ ਲਿਆ ਇਹਦੀ ਸਾਨੂੰ ਇਸ 'ਤੇ ਅਸੀਂ ਫਿਰ FIR ਨੰਬਰ 215 ਅਤੇ 103 ਅਤੇ 351 -2 BNS ਐਕਟ ਦੇ ਅੰਡਰ ਅਸੀਂ ਮਟੌੜ ਥਾਣੇ ਪਰਚਾ ਦਰਜ ਕੀਤਾ ਅਤੇ ਇੰਸਪੈਕਟਰ ਅਮਨਦੀਪ ਜੀ ਦੀ ਟੀਮ ਨੇ ਕਾਫੀ ਵਧੀਆ ਕੰਮ ਕੀਤਾ ਇਸ 'ਚ ਦੋਸ਼ੀ ਨੂੰ 25/9 ਨੂੰ ਗ੍ਰਿਫਤਾਰ ਵੀ ਕਰ ਲਿਆ ਅਤੇ ਫਿਰ ਇਸ 'ਚ ਅੱਗੇ ਤਫਤੀਸ਼ ਜਾਰੀ ਹੈ ਇਹ ਪਰਿਵਾਰ 'ਚ ਨੇਪਾਲ ਤੋਂ ਰਹਿਣ ਵਾਲਾ ਹੈਗਾ ਅਤੇ ਇੱਥੇ ਕੋਠੀ ਨੰਬਰ 467 ਸੈਕਟਰ 71 ਦੇ ਰਹਿਣ ਵਾਲੇ ਸੀਗੇ ਅਤੇ ਕਾਰਨ ਇਹ ਹੁਣ ਜਿਹੜਾ ਪ੍ਰੀਲਿਮਰੀ ਆਪਣੀ ਇਨਵੈਸਟੀਗੇਸ਼ਨ ਹੋਈ ਇਹ ਆ ਰਿਹਾ ਹੈ ਕਿ ਉਹਨਾਂ ਦੀ ਆਪਸ 'ਚ ਨਹੀਂ ਬਣਦੀ ਸੀਗੀ ਅਤੇ ਹਸਬੈਂਡ ਨੇ ਸ਼ਰਾਬ ਦੇ ਨਸ਼ੇ ਵਿੱਚ ਆ ਕੇ ਇਹ ਸਟੈਪ ਚੱਕਿਆ ਇਹ ਸਭ ਆਪਾਂ ਮੈਟਰ ਦੀ ਨਾ ਆਪਾਂ ਡੂੰਘਾਈ 'ਚ ਕਰ ਰਹੇ ਹਾਂ ਤਫਤੀਸ਼ ਜੇ ਇਹੋ ਜਿਹਾ ਕੋਈ ਆਉਂਦਾ ਫਿਰ ਆਪਾਂ ਉਸ 'ਤੇ ਫੈਮਿਲੀ ਵੱਲੋਂ ਥਾਣੇ 'ਚ ਨਹੀਂ ਆਈਆਂ ਜੀ ਬਟ ਉਹਦੇ ਜਿਹੜੇ ਬ੍ਰਦਰ ਨੇ ਕਿਹਾ ਵੀ ਪਹਿਲਾਂ ਵੀ ਇਹ ਕਈ ਵਾਰੀ ਇਸ ਤਰ੍ਹਾਂ ਲੜੇ ਕੁੱਟਮਾਰ ਹੋਈ ਸੀ ਹਾਂਜੀ ਇਹ ਆਲਰੇਡੀ ਪਹਿਲਾਂ ਇਹਨਾਂ ਦਾ ਕਾਫੀ ਵਾਰੀ ਇਹ ਮੈਟਰ ਜਿਹੜਾ ਪਰਿਵਾਰਕ ਤੌਰ 'ਤੇ ਜਿਹੜਾ ਹੈਗਾ ਚੱਲਦਾ ਸੀ ਜੀ ਜਿਹਦੇ ਦਾ ਹਸਬੈਂਡ ਨੇ ਜ਼ਰੂਰ ਇਹ ਕੋਸ਼ਿਸ਼ ਕੀਤੀ ਸੀਗੀ ਕਿ ਉਹਨੇ ਦਿਖਾਇਆ ਕਿ ਉਹਦੀ ਵਾਈਫ ਨੇ ਫਾਹ ਲੈ ਲਿਆ ਹੈਗਾ ਅਤੇ ਉਹਦੀ ਸੁਸਾਈਡ ਕਰਕੇ ਡੈਥ ਹੋਈ ਹੈ ਬਟ ਡਿਊਰਿੰਗ ਇਨਵੈਸਟੀਗੇਸ਼ਨ ਆਪਾਂ ਨੂੰ ਜਿਹੜੇ ਨਵੇਂ ਤੱਥ ਆਏ ਸਾਹਮਣੇ ਉਸ ਤੋਂ ਪਤਾ ਲੱਗ ਰਿਹਾ ਕਿ ਸਾਨੂੰ ਲੱਗ ਰਿਹਾ ਪ੍ਰਾਈਮੇ ਫੇਸੀਆ ਮਰਡਰ ਹੀ ਹੋਇਆ ਸੀ ਇਹ ਜੀ ਆਪਣੀ ਸੁਸਾਈਡ ਕਰਨ ਦੀ ਜਿਹੜੀ ਸੀਗੀ ਇਨਫੋਰਮੇਸ਼ਨ ਪਹਿਲਾਂ ਉਹਦੇ ਹਸਬੈਂਡ ਵੱਲੋਂ ਹੀ ਆਈ ਸੀਗੀ ਹਾਂਜੀ ਇਹ ਪਾਰਟ ਟਾਈਮ ਖਾਣਾ ਜਿਹੜਾ ਲੋਕਾਂ ਦੇ ਘਰਾਂ 'ਚ ਬਣਾਉਂਦੇ ਸੀਗੇ ਜੀ ਜਿੱਥੇ ਰਹਿੰਦੇ ਵੀ ਸੀਗੇ ਉਹਨਾਂ ਦੇ ਘਰੇ ਵੀ ਖਾਣਾ ਵਗੈਰਾ ਬਣਾਉਂਦੇ ਸੀ ਸਫਾਈਆਂ ਕਰਦੇ ਸੀਗੇ ਪਾਰਟ ਟਾਈਮ ਜਿਹੜਾ ਕੁੱਕ ਵਗੈਰਾ ਜਿਹੜਾ ਇਹ ਕੰਮ ਕਰਦੇ ਆ ਦੋਨੋਂ ਹਸਬੈਂਡ ਵਾਈਫ ਬੱਚਾ ਜੀ ਇੱਕ 18 ਸਾਲ ਦਾ ਹੈਗਾ ਜੀ ਉਹ ਜਿਹੜਾ ਹੈਗਾ ਉਹ ਨੇਪਾਲ ਹੀ ਰਹਿੰਦਾ ਇੱਕ 16 ਸਾਲ ਦਾ ਉਹ ਆਪਣੇ ਮਾਮੇ ਕੋਲ ਮੰਡੀ ਗੋਬਿੰਦਗੜ੍ਹ ਰਹਿੰਦਾ ਸੀ ਦੋਸ਼ੀ ਅਰੈਸਟ ਕਰ ਲਿਆ ਜੀ ਰਿਮਾਂਡ 'ਤੇ ਹੈ ਅਗਲੀ ਤਫਤੀਸ਼ ਚੱਲ ਰਹੀ ਹਲੇ ਜੀ ਉਹਦੀ ਤਫਤੀਸ਼ ਦਾ ਹੈਗਾ ਆਪਾਂ ਉਹਦੀ ਪੁੱਛਗਿੱਛ ਕਰਾਂਗੇ ਹੋਰ ਸਾਨੂੰ ਫਿਰ ਉਸ ਤੋਂ ਜ਼ਿਆਦਾ ਫੈਕਟ ਸਾਹਮਣੇ ਆਉਣਗੇ ਹਜੇ ਤੱਕ ਜੀ ਲੋਕਲ ਥਾਣੇ 'ਚ ਕੋਈ ਰਿਕਾਰਡ ਨਹੀਂ ਹੈਗਾ ਬਾਕੀ ਇਹਦਾ ਜਿਹੜਾ ਹੈਗਾ ਪੇਰੈਂਟ ਡਿਸਟ੍ਰਿਕਟ ਜਿਹੜਾ ਹੈਗਾ ਉੱਥੋਂ ਅਸੀਂ ਜਿਹੜਾ ਹੈਗਾ ਤਾਂ ਰਿਕਾਰਡ ਵੀ ਪਤਾ ਕਰ ਰਹੇ ਹਾਂ ਜਦੋਂ ਪੁਲਿਸ ਪਹੁੰਚੀ ਸੀ ਜੀ ਇਹਨੂੰ ਉਤਾਰਿਆ ਹੋਇਆ ਸੀ ਉੱਥੋਂ 'ਚ ਲਟਕੀ ਹੋਈ ਨਹੀਂ ਸੀਗੀ ਇੱਥੇ ਜੀ ਜਿਹੜਾ
71 ਸੈਕਟਰ ਦੇ ਵਿੱਚ ਜਿੱਥੇ ਇੰਸੀਡੈਂਟ ਹੋਇਆ, ਇਹ ਅਰਾਊਂਡ 6 ਮਹੀਨੇ ਤੋਂ ਇੱਥੇ ਰਹਿ ਰਹੇ ਸੀ। ਪੋਸਟਮਾਰਟਮ 'ਚ ਅਸਲ ਰਿਪੋਰਟ ਕੀ ਆਈ ਕਿ ਕੀ ਹੋਇਆ ਸੀ, ਸਸਪੈਕਟ ਆਈ ਕੀ ਹੈ? ਦੇਖੋ ਜੀ, ਪੋਸਟਮਾਰਟਮ ਦੀ ਜਿਹੜੀ ਪਹਿਲੀ ਰਿਪੋਰਟ ਹੈਗੀ ਆ ਜੀ, ਜਿਹੜੀ ਹੁਣ ਆਈ ਆ, ਇਸ ਤੋਂ ਬਾਅਦ ਹਜੇ ਵਿਸਰਾ ਵਗੈਰਾ ਵੀ ਕੱਢਿਆ ਗਿਆ, ਉਹਨਾਂ ਦੀਆਂ ਰਿਪੋਰਟਸ ਬਾਕੀ ਹੈ। ਜਿਹੜੀ ਹੁਣ ਰਿਪੋਰਟ ਆਈ ਹੈ ਜੀ, ਉਹਦੇ 'ਚ ਜਿਹੜਾ ਹੈਗਾ ਪ੍ਰੋਬੇਬਲੀ ਸਟਰੈਂਗੂਲੇਸ਼ਨ ਨਾਲ ਗਲ ਘੁੱਟਣ ਵਾਲੇ ਦੀ ਮੌਤ ਹੋਈ ਲੱਗਦੀ ਹੈ ਜੀ, ਅਤੇ ਇਸ ਤੋਂ ਇਲਾਵਾ 5 ਸੱਟਾਂ ਵੀ ਆਈਆਂ ਜੀ ਜਿਹੜੀਆਂ ਐਂਟੀਮਾਰਟਮ ਸੀ।